ਨਹੀਂ ਮੈਂ ਨਾ ਪਹਿਲਾਂ ਕਦੇ ਬਣਨਾ ਹੀ ਨਹੀਂ ਸੀ ਐਕਟਰ ਯਾਰ, ਮਤਲਬ ਮੈਨੂੰ ਹੁੰਦਾ ਸੀ ਯਾਰ ਮੈਂ ਸਿੰਗਿੰਗ ਕਰਨੀ ਆ, ਔਰ ਸਹੀ ਆ ਜਾਂ ਗਲਤ ਹੈ ਮੈਨੂੰ ਅੱਜ ਵੀ ਨਹੀਂ ਪਤਾ। ਫਿਲਮਾਂ ਮੈਂ ਬਹੁਤ ਜ਼ਿਆਦਾ ਵੇਖੀਆਂ ਨੇ ਲਾਈਫ 'ਚ, ਮੈਂ ਬਹੁਤ ਜ਼ਿਆਦਾ ਕਰੈਕਟਰ ਜੀ ਹੋਏ ਨੇ, ਮੈਨੂੰ ਲੱਗਦਾ ਐਕਟਰਸ ਤਾਂ ਮੇਰੇ ਸਾਹਮਣੇ ਜਿਹਨੂੰ ਮਰਜ਼ੀ ਬਾਲ ਦਿਓ, ਮੇਰੇ ਤੋਂ ਵੱਧ ਨਹੀਂ ਫਿਲਮ ਵੇਖੀ ਹੋਈ ਨੇ। ਸਿੰਪਲੀਸਿਟੀ, ਹਿਊਮੈਨਿਟੀ ਬਹੁਤ ਜ਼ਿਆਦਾ ਤੁਸੀਂ ਨਾ ਪ੍ਰਮੋਟ ਕਰਦੇ ਹੋ। ਦੁਨੀਆਂ 'ਤੇ ਨਾ ਬਹੁਤ ਤਰੀਕੇ ਦੇ ਦਿਮਾਗ ਨੇ, ਹਰ ਦਿਮਾਗ ਵੱਖਰਾ ਸੋਚ ਰਿਹਾ, ਵਿੱਚੋਂ ਕਈ ਦਿਮਾਗ ਤੁਹਾਡੇ ਵਾਂਗੂ ਸੋਚ ਵੀ ਰਹੇ ਹੋਣਗੇ, ਬਟ ਸਟਿਲ ਉਹ ਤੁਹਾਡੇ ਵਾਂਗੂ ਨਹੀਂ ਸੋਚ ਰਹੇ, ਅਤੇ ਬਟ ਚਾਹੁੰਦੇ ਸਾਰੇ ਇੱਕੋ ਹੀ ਚੀਜ਼ ਆ, ਖੁਸ਼ ਹੋਣਾ। ਅਨੁਪਮ ਖੇਰ ਜੀ, ਕਿ ਇਹਨਾਂ ਨਾਲ ਤੁਸੀਂ ਐਕਚੁਅਲ 'ਚ ਕਿਹੜੀ ਚੀਜ਼ ਫੀਲ ਕੀਤੀ ਯਾਰ, ਕਿ ਹਾਂ ਇਹ ਫਿਲਮ ਸਾਡੀ, ਇਹ ਸਾਡੀ ਫਿਲਮ 'ਚ ਸੀਗੀ, ਬਹੁਤ ਕੁਛ ਮੇਰੇ ਵਾਸਤੇ ਹੀ ਉਹਨੂੰ ਨਵੀਆਂ ਚੀਜ਼ਾਂ ਮੈਨੂੰ ਪਤਾ ਲੱਗੀਆਂ ਨੇ। ਆਈ ਥਿੰਕ ਆਈ ਵਿਲ ਆਲਵੇਜ਼ ਬੀ ਗ੍ਰੇਟਫੁਲ ਫੋਰ ਦੈਟ ਵਨ ਮੂਮੈਂਟ, ਉਸਨੇ ਬਹੁਤ ਕੁਛ ਸਿੱਖ ਗਈ ਮੈਂ। ਜਦੋਂ ਤੁਸੀਂ ਉਹਨਾਂ ਨੂੰ ਪਰਸਨਲੀ ਜਾਣਦੇ ਹੋ ਨਾ, ਆਈ ਥਿੰਕ ਫਿਰ ਮੈਨੂੰ ਪ੍ਰਾਊਡ ਜਿਹਾ ਫੀਲ ਹੁੰਦਾ ਯਾਰ, ਮੈਂ ਮਤਲਬ ਕੁਛ ਅਚੀਵ ਕੀਤਾ ਲਾਈਫ 'ਚ, ਕਿ ਤੁਸੀਂ ਹੁਣ ਲਾਈਕ ਯੂ ਕੈਨ ਟਾਕ ਟੂ ਅਨੁਪਮ ਸਰ ਯਾਰ ਐਨੀ ਟਾਈਮ, ਹੈ ਨਾ, ਮਤਲਬ ਕਿ ਇੱਕ ਆਰਟਿਸਟ ਕੋ ਕੈਸਾ ਹੋਣਾ ਚਾਹੀਏ ਵੋ ਵੀ, ਕਿ ਸੋ ਗਿਵਿੰਗ, ਕਿ ਅਗਰ ਮੇਰੇ ਸਾਥ ਤੁਹਾਡਾ ਸੀਨ ਹੈ ਤਾਂ ਮੈਂ ਤੁਮਕੋ ਵੀ ਬਤਾਊਂਗਾ ਤੁਮ ਬੈਟਰ ਕੈਸੇ ਕਰ ਸਕਦੇ। ਮੈਨੂੰ ਲੱਗਦਾ ਮੈਨੂੰ ਨੌਲੇਜ ਨਹੀਂ ਸੀ ਪਹਿਲਾਂ ਕਾਫੀ ਸਾਰੀ ਚੀਜ਼ਾਂ ਦੀ, ਮੈਂ ਲਾਈਫ 'ਚ ਸਟੇਬਲ ਨਹੀਂ ਸੀ, ਵੈਨ ਕਮਸ ਮੈਂ ਥੋੜ੍ਹਾ ਲਾਪਰਵਾਹ ਬੇਪਰਵਾਹ, ਮੈਂ ਅਮੋਕੇ ਲਾਈਕ ਕਿਤੇ ਵੀ ਰਹਿ ਲਓ ਕੁਛ ਵੀ ਕਰ ਲਓ ਕੋਈ ਟੈਨਸ਼ਨ ਦੀ ਗੱਲ ਨਹੀਂ ਹੈ, ਮਤਲਬ ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਬਹੁਤ ਸੋਹਣਾ ਦਿਨ ਹੈ, ਬਹੁਤ ਸੋਹਣੀ ਵਾਈਬ ਹੈ, ਇਹ ਵਾਈਬ ਦੇ ਨਾ ਦੋ ਖਾਸ ਕਾਰਨ ਨੇ। ਪਹਿਲੀ ਗੱਲ ਤਾਂ ਇਹ ਕਿ ਦੋ ਗੈਸਟ ਸਾਡੇ ਚੰਡੀਗੜ੍ਹ 'ਚ ਐਸੇ ਆਏ ਨੇ ਜਿਨ੍ਹਾਂ ਨੂੰ ਯੂ ਨੋ ਅਸੀਂ ਬਹੁਤ ਦੇਖਣਾ ਪਸੰਦ ਕਰਦੇ ਹਾਂ, ਇੱਕ ਤਾਂ ਪੰਜਾਬ ਦਾ, ਇੱਕ ਬੋਂਬੇ ਤੋਂ ਨੇ। ਐਂਡ ਦੂਜੀ ਗੱਲ ਇਹ ਹੈ ਜਿਹੜੀ ਮੇਰੀ ਪਰਸਨਲ ਨੋਟ 'ਤੇ ਮੈਨੂੰ ਬਹੁਤ ਜ਼ਿਆਦਾ ਚੰਗੀ ਲੱਗੀ ਕਿ ਸਾਡੇ ਪੰਜਾਬੀ ਭਰਾ ਦੀ ਬੋਲੀਵੁੱਡ 'ਚ ਐਂਟਰੀ ਹੋਣ ਲੱਗੀ ਹੈ। ਜ਼ਿਆਦਾ ਟਾਈਮ ਨਹੀਂ ਰਹਿੰਦੇ, ਸਵਾਗਤ ਕਰਦੇ ਹਾਂ ਗੁਰੂ ਰੰਧਾਵਾ ਭਾਅ ਜੀ ਦਾ ਐਂਡ ਸਹੀ ਮਜਰੇਕਰ ਦਾ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਹੋ? ਬੜੀ ਖੁਸ਼ੀ ਆ ਇਹ ਦੇਖ ਕੇ ਕਿ ਐਟਲੀਸਟ ਹੁਣ ਫਾਈਨਲੀ ਫਿਲਮ 'ਚ ਐਂਟਰੀ ਹੋ ਗਈ ਹੈ। ਹਾਂ ਯਾਰ, ਮੈਂ ਤਾਂ ਮੈਨੂੰ ਬਹੁਤ ਟਾਈਮ ਤੋਂ ਸਾਰੇ ਕਹਿੰਦੇ ਫਿਲਮਾਂ ਕਰੋ, ਫਿਰ ਮੈਂ ਕਿਹਾ ਯਾਰ ਸਾਰੀਆਂ ਕੁੜੀਆਂ ਕਿਤੇ ਨਾਰਾਜ਼ ਨਾ ਹੋ ਜਾਣ, ਅਤੇ ਫਿਰ ਮੈਂ ਫਾਈਨਲੀ ਮੈਂ ਕਿਹਾ ਫਿਲਮ ਕਰਨੀ ਚਾਹੀਦੀ ਹੈ। ਨਹੀਂ ਨਹੀਂ ਭਾਅ ਜੀ, ਕੁੜੀਆਂ ਤੁਹਾਡਾ ਵੈਸੇ ਵੀ ਨਾਰਾਜ਼ ਹੋ ਸਕਦੀਆਂ, ਨਹੀਂ ਹੋ ਸਕਦੀਆਂ, ਠੀਕ ਹੈ ਰਹਿੰਦੀ ਫਿਰ ਫਿਲਮ, ਤੁਸੀਂ ਮੜ ਜਾ ਹੱਸ ਕੇ ਦਿਖਾ ਦੇਣਾ ਸਾਰੀ ਕੁੜੀਆਂ ਦੇਖੋ ਵੀ ਕਹਿਣਾ। ਗ੍ਰੇਟ, ਐਂਡ ਇਸ ਚੀਜ਼ ਦੀ ਖੁਸ਼ੀ ਹੈ ਕਿ ਗਾਣਿਆਂ 'ਚ ਤਾਂ ਚਲੋ ਐਂਟਰੀ ਹੋ ਚੁੱਕੀ ਸੀਗੀ, ਬਟ ਹੁਣ ਐਜ਼ ਐਨ ਐਕਟਰ ਫਾਈਨਲੀ ਹੁਣ ਯੂ ਨੋ ਵੱਡੀ ਸਕਰੀਨ 'ਤੇ ਆਉਂਗੇ। ਬਿਲਕੁਲ, ਮੈਂ ਤਾਂ ਆਪ ਐਕਸਾਈਟਡ ਹਾਂ ਆਪਣੇ ਆਪ ਨੂੰ ਪਹਿਲੀ ਵਾਰ ਸਿਨੇਮੇ 'ਚ ਦੇਖਣ ਵਾਸਤੇ, ਹੈ ਨਾ, ਉਹ ਮੈਨੂੰ ਵੀ ਪਤਾ ਫੀਲਿੰਗ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੈਂ ਸੋਚਦਾ ਹੈ ਨਾ। ਐਂਡ ਸਹੀ, ਕੰਗ੍ਰੈਚੁਲੇਸ਼ਨਸ। ਥੈਂਕ ਯੂ। ਮੈਨੂੰ ਲੱਗਦਾ ਕਿ ਆਰਟਿਸਟ ਦੀ ਜ਼ਿੰਦਗੀ 'ਚ ਨਾ, ਆਰਟਿਸਟ ਕੀ ਲਾਈਫ ਮੇਂ ਹਿੰਦੀ ਮਾਤ ਕਰਤੇ ਹੈ, ਕਿ ਜਬ ਵੀ ਕੋਈ ਯੂ ਨੋ ਪ੍ਰੋਜੈਕਟਸ ਆਤੇ ਹੈ ਨਾ, ਐਂਡ ਸਪੈਸ਼ਲੀ ਯੂ ਨੋ ਜਬ ਦਬੰਗ 3 ਆਈ ਥੀ ਜੀ, ਔਨ ਅ ਪਰਸਨਲ ਨੋਟ ਮੇਰੇ ਕੋ ਬੜੀ ਖੁਸ਼ੀ ਹੋਈ ਥੀ ਕਿ ਐਟਲੀਸਟ ਸਲਮਾਨ ਖਾਨ ਕੇ ਸਾਥ ਯੂ ਨੋ ਇੱਕ ਅੱਛੀ ਐਂਟਰੀ, ਇੱਕ ਫੀਮੇਲ ਲੀਡ ਕੀ ਯੂ ਨੋ ਇੱਕ ਐਕਟਰੈਸ ਆਈ ਹੈ, ਯਾ ਯੂ ਨੋ ਦੇਖਨੇ ਮੇਂ ਬੜਾ ਅੱਛਾ ਲਗਾ ਥਾ। ਥੈਂਕ ਯੂ। ਐਂਡ ਦਿਸ ਇਜ਼ ਯੋਰ ਆਈ ਥਿੰਕ ਥਰਡ ਔਰ ਫੋਰਥ ਫਿਲਮ ਇਨ ਦਾ ਬਾਲੀਵੁੱਡ, ਯਾ ਯਾ, ਹੈ ਨਾ। ਸੋ ਹਾਊ ਇਜ਼ ਯੂਰ ਫੀਲਿੰਗ? ਪਹਿਲੇ ਤੁਸੀਂ ਇਹ ਬਤਾਓ ਕਿ ਫਿਲਮ ਕੀ ਕਿਤਨੀ ਖੁਸ਼ੀ ਹੈ, ਦੂਸਰੀ ਇਹ ਬਤਾਓ ਕਿ ਹਮਾਰੇ ਪੰਜਾਬੀ ਭਾਈ ਕੇ ਸਾਥ ਕੰਮ ਕਰਕੇ ਆਪਕੋ ਕੈਸਾ ਲਗਾ? ਮੈਂ ਪਹਿਲੇ ਬਤਾਤੀ ਹੂੰ ਇਨਕੇ ਸਾਥ ਕੰਮ ਕਰਨੇ ਕੈਸਾ ਲਗਾ। ਯੈਸ, ਗੁਰੂ ਬਹੁਤ ਸਵੀਟ ਹੈ, ਹੈ ਨਾ, ਆਈ ਥਿੰਕ ਬਸ ਆਈ ਥਿੰਕ ਡੇ 1 ਸੇ ਮੈਂ ਥੋੜੀ ਸ਼ਾਈ ਹੂੰ, ਵੈਸੇ ਮੇਰੇ ਕੋ ਥੋੜਾ ਟਾਈਮ ਲਗਤਾ ਹੈ ਓਪਨ ਅਪ ਹੋਨੇ ਮੇਂ, ਬਟ ਗੁਰੂ ਵਾਸ ਈਜ਼ੀ, ਇਤਨਾ ਟਾਈਮ ਨਹੀਂ ਲਗਾ ਕਿਉਂਕਿ ਆਪਣੇ ਜੋਕਸ ਕਰੈਕ ਕਰਨੇ ਲਗੇ। ਔਰ ਡੇ 1 ਮੇਂ ਰਿਹਰਸਲ ਮੇਂ ਹਮੇ ਐਸੀ ਅਤਰੰਗੀ ਅਤਰੰਗੀ ਚੀਜ਼ੇ ਕਰਵਾ ਰਹੇ ਥੇ, ਤੋ ਰੈਪੋ ਹੋ ਗਿਆ, ਔਰ ਸ਼ੂਟਿੰਗ ਕਰਤੇ ਵਕਤ ਬਹੁਤ ਮਜ਼ਾ ਆਇਆ। ਗ੍ਰੇਟ। ਔਰ ਫਿਲਮ ਕੀ ਐਕਸਾਈਟਮੈਂਟ ਤੋ ਬਹੁਤ ਹੈ, ਸਭ ਨੇ ਬਹੁਤ ਹਾਰਡ ਵਰਕ ਕੀ ਹੈ ਇਸ ਫਿਲਮ ਕੇ ਲੀਏ, ਬਲੱਡ ਸਵੈਟ ਔਰ ਸਭ ਦੀ ਹੈ, ਐਂਡ ਇਹ ਸਕ੍ਰਿਪਟ ਵੀ ਬਹੁਤ ਅੱਛੀ ਹੈ, ਕਾਮੇਡੀ ਹੈ, ਲਵ ਸਟੋਰੀ ਹੈ, ਫੈਮਿਲੀ ਡਰਾਮਾ ਹੈ, ਔਰ ਮੈਂ ਬਚਪਨ ਮੇਂ ਇਤਨੇ ਫੈਮਿਲੀ ਡਰਾਮਾਸ ਦੇਖਤੀ ਥੀ, ਔਰ ਅਭੀ ਇਤਨੇ ਜ਼ਿਆਦਾ ਨਹੀਂ ਦੇਖਨੇ ਕੋ ਮਿਲਤੇ, ਸੋ ਆਮ ਵੈਰੀ ਐਕਸਾਈਟਡ ਫੋਰ ਦਿਸ ਸੌਂਗ ਟੂ ਕਮ ਆਊਟ। ਗ੍ਰੇਟ। ਐਂਡ ਗੁਰੂ ਭਾਈ, ਹੁਣ ਆਉਂਦੇ ਹਾਂ ਅਸਲ 'ਚ ਗੱਲਾਂ ਬਾਤਾਂ ਨੇ, ਤੋਂ ਅੱਗੇ ਫਿਲਮ ਦੀ ਪ੍ਰਮੋਸ਼ਨ। ਇੱਕ ਚੀਜ਼ ਨਾ ਜਿਹੜੀ ਮੈਂ ਬਹੁਤ ਜ਼ਿਆਦਾ ਓਬਜ਼ਰਵ ਕਰਦਾ ਤੁਹਾਡੇ ਬਾਰੇ, ਬਹੁਤ ਸਾਰੇ ਆਰਟਿਸਟ ਨੇ ਚੀਜ਼ ਰੇਅਰ ਹੁੰਦੀ ਹੈ ਕਿ ਯੂ ਨੋ ਸਿੰਪਲੀਸਿਟੀ, ਹਿਊਮੈਨਿਟੀ ਬਹੁਤ ਜ਼ਿਆਦਾ ਤੁਸੀਂ ਨਾ ਪ੍ਰਮੋਟ ਕਰਦੇ ਹੋ, ਲਾਈਕ ਕੁਛ ਆਰਟਿਸਟ ਫਰੰਟ ਫੁੱਟ 'ਤੇ ਆ ਕੇ ਯੂ ਨੋ ਚਾਹੇ ਸ਼ੇਅਰਿੰਗ ਪੁਆਇੰਟ ਆਫ ਵਿਊ ਤੋਂ ਹੋ ਜੇ, ਸਪਿਰਿਚੁਐਲਿਟੀ ਐਂਡ ਜਿੱਦਾਂ ਮੈਂ ਕਿਹਾ ਹਿਊਮੈਨਿਟੀ, ਵਟ ਯੂ ਥਿੰਕ ਅਬਾਊਟ ਯੂ ਨੋ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਇਹ ਚੀਜ਼ਾਂ, ਮੈਨੂੰ ਇੱਦਾਂ ਲੱਗਦਾ ਕਿ ਯਾਰ ਵੀ ਬਹੁਤ ਰੇਅਰ ਲੋਕ ਹੁੰਦੇ ਨੇ ਜਿਹੜੇ ਉਹਨੂੰ ਇਸ ਚੀਜ਼ ਨੂੰ ਫਰੰਟ ਫੁੱਟ 'ਤੇ ਕਹਿੰਦੇ ਨੇ, ਲਾਈਕ ਉਹ ਇਨਸਾਨ ਨਾ ਅੰਦਰੋਂ ਬਹੁਤ ਇਮੋਸ਼ਨਲ ਹੁੰਦੇ ਨੇ, ਅੰਦਰੋਂ ਬਹੁਤ ਇਹਨਾਂ ਚੀਜ਼ਾਂ ਨਾਲ ਜੁੜੇ ਹੁੰਦੇ ਨੇ, ਵੀ ਨਹੀਂ ਗਰਾਊਂਡਡ ਹੁੰਦੇ ਨੇ। ਯਾਰ ਮੈਨੂੰ ਲੱਗਦਾ ਕਈ ਵਾਰ ਨਾ ਸਮਟਾਈਮਸ, ਕਿਉਂਕਿ ਇੰਨੇ ਦੁਨੀਆਂ 'ਤੇ ਨਾ ਬਹੁਤ ਤਰੀਕੇ ਦੇ ਦਿਮਾਗ ਨੇ, ਹਰ ਦਿਮਾਗ ਵੱਖਰਾ ਸੋਚ ਰਿਹਾ, ਵਿੱਚੋਂ ਕਈ ਦਿਮਾਗ ਤੁਹਾਡੇ ਵਾਂਗੂ ਸੋਚ ਵੀ ਰਹੇ ਹੋਣਗੇ, ਬਟ ਸਟਿਲ ਉਹ ਤੁਹਾਡੇ ਵਾਂਗੂ ਨਹੀਂ ਸੋਚ ਰਹੇ,
ਅਤੇ ਬਟ ਚਾਹੁੰਦੇ ਸਾਰੇ ਇੱਕੋ ਹੀ ਚੀਜ਼ ਆ, ਖੁਸ਼ ਹੋਣਾ। ਸਾਰਿਆਂ ਨੇ ਚਾਹੁੰਦੇ ਆ ਇਮੋਸ਼ਨਲ ਹੋਣਾ, ਸਾਰਿਆਂ ਨੇ ਚਾਹੁੰਦੇ ਆ ਕੁਛ ਇੱਦਾਂ ਦਾ ਕੰਮ ਕਰਨਾ ਜਿਹਦੇ ਨਾਲ ਸੁਸਾਇਟੀ ਵਧੀਆ ਹੋਵੇ। ਐਂਡ ਕਈ ਵਾਰ ਜੇ ਮੈਂ ਆਪ ਉਹ ਗੱਲ ਕਰਾਂਗਾ, ਪਤਾ ਨਹੀਂ ਲੋਕਾਂ ਨੂੰ ਚੰਗੀ ਲੱਗੇ ਜਾਂ ਨਾ ਲੱਗੇ, ਫਿਰ ਜਿਹੜੀ ਚੀਜ਼ ਹੋ ਰਹੀ ਹੁੰਦੀ ਆ ਫਿਰ ਮੈਨੂੰ ਲੱਗਦਾ ਮੈਂ ਉਹਦੇ ਥਰੂ ਆਪਣਾ ਮੈਸੇਜ ਪਹੁੰਚਾ ਦਾਂ ਕਿ ਮੈਂ ਆਹ ਚਾਹੁੰਦਾ ਵਾਂ, ਅਤੇ ਫਿਰ ਮੈਂ ਉਹ ਸ਼ੇਅਰ ਕਰ ਦਿੰਦਾ ਉਹਨੂੰ। ਇੰਨਾ ਕਾ ਬਸ। ਗ੍ਰੇਟ। ਕਿਉਂਕਿ ਨਾ ਸ਼ਾਇਦ ਜਿੱਦਾਂ ਦੇ ਲੋਕ ਇੱਧਰ ਹੁੰਦੇ ਨੇ, ਲੇਕਿਨ ਮੈਂ ਵੀ ਓਨੈਸਟਲੀ ਕਿਤੇ ਨਾ ਕਿਤੇ ਨਾ ਰਿਲੇਟ ਕਰ ਪਾਉਣਾ। ਰਦਰ ਦੈਨ ਤੁਸੀਂ ਕਈ ਵਾਰ ਨਾ ਕਿਸੇ ਨੂੰ ਬੁਰਾ ਲੱਗ ਸਕਦਾ ਐਜ਼ ਅ ਪਬਲਿਕ ਫਿਗਰ ਨਾ, ਕੋਈ ਵੀ ਬੁਰਾ ਫੀਲ ਕਰ ਸਕਦਾ ਤੁਹਾਡੀ ਕਿਸੇ ਵੀ ਗੱਲ ਦਾ, ਕਿਉਂਕਿ ਸਾਰੇ ਜਾਣੇ ਨਾ ਕੋਈ ਵੀ ਚੀਜ਼ ਜਦੋਂ ਰਾਈਜ਼ ਹੁੰਦੀ ਆ, ਕੋਈ ਵੀ ਚੀਜ਼ ਜਦੋਂ ਸੁਸਾਇਟੀ 'ਚ ਹੋ ਰਹੀ ਹੁੰਦੀ ਆ, ਸਾਰਿਆਂ ਨੂੰ ਹੁੰਦਾ ਕਿ ਤੁਹਾਨੂੰ ਲੱਗੇਗਾ ਮੈਂ ਤੁਹਾਡੇ ਵਾਂਗੂ ਕਵਾਂ, ਇਹਨੂੰ ਲੱਗੇਗਾ ਇਹਦੇ ਵਾਂਗੂ ਕਵਾਂ, ਮੈਨੂੰ ਲੱਗੇਗਾ ਕੋਈ ਮੇਰੇ ਵਾਂਗੂ ਕਵੇ, ਬਟ ਉਹ ਹੁੰਦਾ ਨਹੀਂ ਆ। ਤੁਹਾਡੀ ਆਪਣੀ ਅੰਡਰਸਟੈਂਡਿੰਗ ਆ, ਤੁਹਾਡੀ ਆਪਣੀ ਇੱਕ ਅਪਬ੍ਰਿੰਗਿੰਗ ਆ, ਤੁਹਾਡੀ ਆਪਣਾ ਕਹਿਣ ਦਾ ਤਰੀਕਾ ਵਾ, ਤੁਹਾਡਾ ਪਿਆਰ ਇਜ਼ਹਾਰ ਕਰਨ ਦਾ ਤਰੀਕਾ ਵੀ ਆਪਣਾ ਵਾ, ਨਫ਼ਰਤ ਦਾ ਵੀ ਆਪਣਾ ਵਾ। ਕਈ ਬੰਦੇ ਗੁੱਸੇ ਹੁੰਦੇ, ਕਈ ਨਹੀਂ ਹੁੰਦੇ, ਹੈ ਨਾ, ਅਤੇ ਉਹ ਮੈਨੂੰ ਹੁੰਦਾ ਕਿ ਜੇ ਮੈਂ ਕਹਾਂਗਾ ਤਾਂ ਗੁੱਸਾ ਨਾ ਕਰ ਜਾਣ, ਬਟ ਜੇ ਕੋਈ ਨੋਰਮਲ ਬੰਦਾ ਜਿਹਨੂੰ ਕੋਈ ਨਹੀਂ ਜਾਣਦਾ, ਉਹ ਜਦੋਂ ਸੇਮ ਚੀਜ਼ ਕਹਿ ਰਿਹਾ ਵਾ, ਉਹਨੂੰ ਤਾਂ ਪਸੰਦ ਹੀ ਕਰਨਗੇ ਨਾ ਸਾਰੇ, ਅਤੇ ਫਿਰ ਮੈਂ ਉਹ 'ਚ ਸ਼ੇਅਰ ਕਰਕੇ ਮੈਂ ਫਿਰ ਆਪਣਾ ਆਪਣਾ ਵੀ ਸਹੀ ਕਰ ਲੈਂਦਾ ਮਨ ਵੀ, ਠੀਕ ਆ ਮੈਂ ਵੀ ਕੁਛ ਸ਼ੇਅਰ ਕਰਦਾ, ਅਤੇ ਅਗਲੇ ਤੱਕ ਮੈਸੇਜ ਵੀ ਪਹੁੰਚਦਾ, ਮਨ ਹੋਲਾ ਹੋ ਜਾਂਦਾ, ਸ਼ਾਂਤ ਹੋ ਜਾਂਦਾ। ਹਾਂ ਮਤਲਬ ਠੀਕ ਆ, ਜੇ ਜਿੱਦਾਂ ਤੁਸੀਂ ਜੇ ਵੇਖ ਰਹੇ ਹੋ, ਮਤਲਬ ਮੇਰਾ ਮਤਲਬ ਜੋ ਜਿਹਦੇ ਵਾਸਤੇ ਮੈਂ ਕਰ ਰਿਹਾ ਸੀ ਉਹ ਪੂਰਾ ਹੋ ਗਿਆ। ਯੈਸ ਯੈਸ, ਜੇ ਲੋਕ ਉਹਨੂੰ ਵੇਖ। ਐਂਡ ਗੁਰੂ ਬਾ ਜੀ, ਅਸੀਂ ਨਾ ਹਮੇਸ਼ਾ ਚਾਹੁੰਦੇ ਹਾਂ, ਇਸ ਵਾਰ ਮੇਰਾ ਤੁਹਾਨੂੰ ਆਪ ਦੋਨੋਂ ਸੇ ਮੇਰਾ ਇਹ ਕੁਸ਼ਚਨ ਕਿ ਹਮ ਨਾ ਐਕਚੁਅਲ ਮੇਂ ਲਾਈਫ ਮੇਂ ਚਾਹਤੇ ਹੈ ਕਿ ਨਾ ਹਮਾਰੇ ਸਾਥ ਕੋਈ ਸੀਨੀਅਰ ਆਰਟਿਸਟ ਜੋ ਐਕਚੁਅਲ ਮੇਂ ਬਾਲੀਵੁੱਡ ਕੇ ਉਹਨੂੰ ਥੰਮ ਮਾਨੇ ਜਾਤੇ ਹੈ, ਲਾਈਕ ਮੈਂ ਅਨੁਪਮ ਖੇਰ ਸਰ ਕੀ ਬਾਤ ਕਰੂੰ, ਹਮ ਜਾਤੇ ਹੈ ਕਿ ਹਮਾਰੀ ਫਿਲਮ ਮੇਂ ਵੋ ਹੋ ਜਾਂ ਉਨਕੀ ਫਿਲਮ ਮੇਂ ਹਮ ਹੋ, ਸੋ ਦੈਟ ਹਮਾਰੀ ਜੋ ਇਹ ਜਰਨੀ ਹੈ ਆਰਟਿਸਟ ਵਾਲੀ ਵੋ ਡੇ ਬਾਈ ਡੇ ਐਕਸਾਈਟਿਡ ਔਰ ਹੋਤੀ ਜਾਏ, ਬਿਕੋਜ਼ ਉਨਸੇ ਸਿੱਖਣੇ ਕੇ ਲਈ ਹਮੇਂ ਬਹੁਤ ਕੁਛ ਹੈ ਜੋ ਹਮਾਰੀ ਆਗੇ ਲਾਈਫ ਕੀ ਜਰਨੀ ਮੇਂ ਨਾ ਬਹੁਤ ਜ਼ਿਆਦਾ ਹਮੇਂ ਪੁਸ਼ ਕਰਤਾ ਹੈ ਕਿ ਹਮ ਔਰ ਜਾ ਕੇ ਅੱਛਾ ਕਾਮ ਕਰੇ। ਪੰਜਾਬ ਕੇ ਆਰਟਿਸਟ ਮੇਂ ਡੈਫੀਨੇਟਲੀ ਐਸੇ ਯੂ ਨੋ ਬਹੁਤ ਸਾਰੇ ਲੇਜੈਂਡਰੀ ਆਰਟਿਸਟ ਹੈ। ਅਬ ਬਾਲੀਵੁੱਡ ਮੇਂ ਅਨੁਪਮ ਖੇਰ ਜੀ ਕਾ ਇੱਕ ਅੱਛਾ ਨਾਮ ਹੈ ਨਾ, ਜੋ ਕਿ ਮਤਲਬ ਬੀਂਗ ਅ ਯੰਗਸਟਰ ਔਰ ਬੀਂਗ ਅ ਯੂ ਨੋ ਸਟਾਰਟਅਪ ਆਰਟਿਸਟ, ਹਮ ਚਾਹਤੇ ਹੈ ਕਿ ਹਮ ਬਹੁਤ ਕੁਛ ਸਿੱਖੇ। ਤਾਂ ਅਨੁਪਮ ਖੇਰ ਜੀ ਕੇ ਸਾਥ ਗੁਰੂ ਭਾਈ ਤੁਸੀਂ ਦੱਸੋ ਵੀ ਇਹਨਾਂ ਨਾਲ ਤੁਸੀਂ ਐਕਚੁਅਲ 'ਚ ਕਿਹੜੀ ਚੀਜ਼ ਫੀਲ ਕੀਤੀ ਯਾਰ ਕਿ ਹਾਂ ਇਹ ਫਿਲਮ ਸਾਡੇ ਇਹ ਸਾਡੀ ਫਿਲਮ 'ਚ ਸੀਗੇ, ਬਹੁਤ ਕੁਛ ਮੇਰੇ ਵਾਸਤੇ ਯੂ ਨੋ ਨਵੀਆਂ ਚੀਜ਼ਾਂ ਮੈਨੂੰ ਪਤਾ ਲੱਗੀਆਂ ਨੇ। ਯਾਰ ਇੱਕ ਇੱਕ ਤਾਂ ਇਹ ਸੀ ਕਿ ਯਾਰ ਅਨੁਪਮ ਖੇਰ ਸਾਹਿਬ ਸਰ ਨੇ ਉਹਨਾਂ ਨੇ ਮੈਂ ਜਦੋਂ ਪਹਿਲੀ ਵਾਰ ਮਿਲਿਆ ਤਾਂ ਅਸੀਂ ਗੱਲ ਕਰ ਰਹੇ ਸੀ, ਮੈਂ ਕਿਹਾ ਮੇਰੀ ਪਹਿਲੀ ਫਿਲਮ, ਉਹ ਕਹਿੰਦੇ ਮੇਰੀ 571ਵੀਂ ਫਿਲਮ ਅਤੇ ਮਤਲਬ ਉਹ ਜਿਹੜਾ ਗੈਪ ਆ ਅਤੇ ਜਿਹੜੀ ਉਹਨਾਂ ਕੋਲ ਨੌਲੇਜ ਆ ਅਤੇ ਜਿਹੜਾ ਐਕਸਪੋਜ਼ਰ ਆ ਉਹ, ਵੈਸੇ ਤਾਂ ਮੈਂ ਭਾਵੇਂ ਜੋ ਮਰਜ਼ੀ ਗਾਣੇ ਗਾਉਂਦਾ ਰਹਾਂ ਕੁਛ ਕਰਦਾ ਰਹਾਂ ਉਹਨਾਂ ਨੂੰ ਮਤਲਬ ਨਹੀਂ ਕੋਈ, ਬਟ ਨਾਓ ਜਦੋਂ ਆਪਾਂ ਸੇਮ ਫਿਲਮ 'ਚ ਐਕਟ ਕਰ ਰਹੇ ਹਾਂ, ਜਦੋਂ ਤੁਸੀਂ ਉਹਨਾਂ ਨੂੰ ਪਰਸਨਲੀ ਜਾਣਦੇ ਹੋ ਨਾ, ਆਈ ਥਿੰਕ ਫਿਰ ਮੈਨੂੰ ਪ੍ਰਾਊਡ ਜਿਹਾ ਫੀਲ ਹੁੰਦਾ ਯਾਰ ਮੈਂ ਮਤਲਬ ਕੁਛ ਅਚੀਵ ਕੀਤਾ ਲਾਈਫ 'ਚ, ਕਿ ਤੁਸੀਂ ਹੁਣ ਲਾਈਕ ਯੂ ਕੈਨ ਟਾਕ ਟੂ ਅਨੁਪਮ ਸਰ ਯਾਰ ਐਨੀ ਟਾਈਮ, ਹੈ ਨਾ, ਮਤਲਬ ਮੈਂ ਦੇਖਿਆ ਸੀਗਾ ਤੁਹਾਡਾ ਪੋਸਟਰ ਆਇਆ ਸੀਗਾ ਅਨੁਪਮ ਖੇਰ ਜੀ ਨੇ ਬੜਾ ਸੋਹਣਾ ਕੋਟ ਜਿਹਾ ਸੀਗਾ, ਕੈਪਸ਼ਨ ਜਿਹਾ ਪਾਇਆ ਸੀਗਾ, ਹੈ ਨਾ। ਹਾਂ, ਅਤੇ ਉਹ ਆਈ ਥਿੰਕ ਬੰਦੇ ਦੇ ਵਾਸਤੇ ਨਾ ਹਮੇਸ਼ਾ ਉਹੀ ਜਿਹੜੀ ਗੱਲ ਆ ਕਿ ਬੰਦਾ ਕਹਿੰਦਾ ਯਾਰ ਜੇ ਮੇਰੀ ਪਹਿਲਾ ਜਰਨੀ ਇੱਦਾਂ ਦੀ ਹੈ, ਮੈਂ ਪਹਿਲਾ ਸਟਾਰਟ ਇੱਦਾਂ ਦਾ ਵਾ, ਅਤੇ ਅੱਗੇ ਤਾਂ ਫਿਰ ਕੀ ਕੁਛ ਲਿਖਿਆ ਹੋਏਗਾ ਰੱਬ ਨੇ, ਅਤੇ ਮੈਂ ਰੁਕਣਾ ਨਹੀਂ ਆ, ਮੈਂ ਲੱਗੇ ਰਹਿਣਾ ਵਾ, ਮੈਂ ਰੋਜ਼ ਮਿਹਨਤ ਕਰਨੀ ਆ, ਮੈਂ ਰੋਜ਼ ਕੰਮ ਕਰਨਾ ਵਾ, ਮੈਂ ਰੋਜ਼ ਆਪਣੇ ਪਿੰਡ ਦਾ ਨਾਮ ਅੱਗੇ ਲੈ ਕੇ ਜਾਣਾ ਵਾ, ਆਪਣੇ ਸ਼ਹਿਰ ਦਾ ਨਾਮ ਅੱਗੇ ਲੈ ਕੇ ਜਾਣਾ, ਆਪਣੀ ਸਟੇਟ ਦਾ ਨਾਮ ਅੱਗੇ ਲੈ ਕੇ ਜਾਣਾ, ਆਪਣੀ ਕੰਟਰੀ ਦਾ ਨਾਮ ਅੱਗੇ ਲੈ ਕੇ ਜਾਣਾ। ਐਂਡ ਆਈ ਥਿੰਕ ਇਟਸ ਐਵਰੀਥਿੰਗ ਇਜ਼ ਅਚੀਵੇਬਲ, ਇਟਸ ਜਸਟ ਯੂ ਹੈਵ ਟੂ ਡੂ ਐਵਰੀ ਡੇ, ਲਾਈਕ ਦ ਹਸਲ ਜਿਹੜਾ ਵਾ ਉਹ ਤੁਹਾਨੂੰ ਹਰ ਦਿਨ ਉੱਠ ਕੇ ਹਰ ਦਿਨ ਨਵੀਂ ਚੀਜ਼ ਲਈ ਕੁਛ ਸੋਚਣਾ ਪੈਣਾ, ਆਪਣੇ ਆਪ ਨੂੰ ਅਨਈਜ਼ੀ ਕਰਨਾ ਪੈਣਾ ਵਾ। ਵਰਕਿੰਗ ਵਿਦ ਸਰ ਵਾਜ਼ ਅਨਈਜ਼ੀ ਬਾਏ ਦਾ ਵੇ, ਮਤਲਬ ਤੁਸੀਂ ਐਡੇ ਵੱਡੇ ਕਲਾਕਾਰ ਦੇ ਅੱਗੇ ਜੋ ਤੁਸੀਂ ਬਹਿ ਕੇ ਐਕਟਿੰਗ ਕਰ ਰਹੇ ਹੋ, ਜਿਹੜਾ ਮੈਂ ਕਦੀ ਕੀਤੀ ਨਹੀਂ ਆ, ਬਟ ਕਿਉਂਕਿ ਮੈਂ ਖੁਦ ਬਹੁਤ ਤਗੜਾ ਐਕਟਰ ਹਾਂ ਅਤੇ ਮੈਂ ਬਹੁਤ ਵਧੀਆ ਤਰੀਕੇ ਨਾਲ ਰੋਲ ਨਿਭਾਇਆ, ਐਂਡ ਸਾਰਿਆਂ ਕੋਲ ਸਿੱਖ ਸਿੱਖ ਨਹੀਂ ਸਾਨੂੰ ਪਤਾ ਆ, ਅਸੀਂ ਸਾਰਿਆਂ ਕੋਲ ਸਿੱਖ ਸਿੱਖੇ, ਈਵਨ ਸਹੀ ਕੋਲੋਂ ਬਹੁਤ ਕੁਛ ਸਿੱਖਿਆ ਮੈਂ, ਕਿਉਂਕਿ ਸ਼ੀ ਇਜ਼ ਡਨ, ਸ਼ੀ ਇਜ਼ ਫੇਸ ਦਾ ਕੈਮਰਾ ਬਿਫੋਰ, ਅਤੇ ਮੈਨੂੰ ਹੁੰਦਾ ਸੀ ਯਾਰ ਮੈਂ ਸਾਰਿਆਂ ਦੇ ਐਕਸਪ੍ਰੈਸ਼ਨ ਦੇਖਦਾ ਰਹਾਂ, ਮੈਂ ਮੋਨੀਟਰ ਪਿੱਛੇ ਬਹਿ ਕੇ ਬੈਠਾ ਰਹਿੰਦਾ ਸੀ ਕਾਫੀ ਕਾਫੀ ਟਾਈਮ। ਪੰਜਾਬੀ ਦੀ ਨਾ ਆਬਜ਼ਰਵੇਸ਼ਨ ਬੜੀ ਸਟਰੋਂਗ ਹੁੰਦੀ ਹੈ, ਇਹ ਠੀਕ ਆ। ਹਾਂ ਮਤਲਬ ਮੈਨੂੰ ਹੁੰਦਾ ਯਾਰ ਮੈਂ ਨਾ ਕੁਛ ਜੋ ਵੀ ਕਰਾਂ, ਇੱਕ ਤਾਂ ਮੇਰੇ ਕਰਕੇ ਕੁਛ ਚੀਜ਼ ਖਰਾਬ ਨਾ ਹੋ ਜਾਵੇ, ਭਾਵੇਂ ਮੈਨੂੰ ਇਹਨਾਂ ਹੀਰੋ ਲਿਆ ਵਾ, ਬਟ ਮੈਨੂੰ ਸੀ ਕਿ ਯਾਰ ਕੁਛ ਖਰਾਬ ਨਾ ਕਰ ਲਾਂ ਮੈਂ, ਅਤੇ ਨਾ ਹੀ ਇਹਨਾਂ ਦਾ ਟਾਈਮ ਖਰਾਬ ਹੋਏ, ਨਾ ਮੇਰਾ, ਨਾ ਪ੍ਰੋਡਿਊਸਰ ਦਾ, ਨਾ ਡਾਇਰੈਕਟਰ ਦਾ, ਕਿਸੇ ਦਾ ਟਾਈਮ ਨਾ ਖਰਾਬ ਹੋਏ। ਸੋ ਮੈਂ ਕਾਫੀ ਮਿਹਨਤ ਕੀਤੀ ਯਾਰ ਪ੍ਰੋਜੈਕਟ ਨੂੰ ਲੈ ਕੇ। ਨਾਓ ਦ ਮਾਈਕ ਗੋਸ ਟੂ ਯੂ। ਸੇਮ ਕੁਐਸਚਨ ਅਬਾਊਟ ਅਨੁਪਮ ਜੀ। आई थिंक मुझे एक ही चीज़ बतानी है, एक एक्सपीरियंस था, एक मेरा डायलॉग था थोड़ा इमोशनल था जो मुझे उनको बोलना था, मैं बहुत डर गई थी क्योंकि वो थोड़ी व्हेन समवन इज वेरी सीनियर थोड़ा इंटिमिडेट हो जाती हूँ मैं।
तो मैं बहुत डर गई थी और उनको वो सेंस हुआ, समझ में आ गया उनको मैं डर गई हूँ. तो मेरे पास आए और बोले करके दिखाओ. तो मैंने पूरा कैमरा स्टार्ट होने से पहले करके दिखाया. उन्होंने मुझे टिप्स दिए कि ऐसे करो वैसे करो, एंड उन्होंने मुझे बेसिकली बहुत ईजी फ्री कर दिया. तो आई थिंक आई विल ऑलवेज बी ग्रेटफुल फॉर दैट वन मोमेंट. उसमें बहुत कुछ सीख गई मैं कि एक आर्टिस्ट को कैसा होना चाहिए, वो भी कि सो गिविंग, कि अगर मेरे साथ तुम्हारा सीन है तो मैं तुमको भी बताऊंगा तुम बेटर कैसे कर सकते हो. आई थिंक दैट वाज अ वेरी ग्रेट एक्सपीरियंस. यार देख रहे हो कुछ 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 होता है किन्नियां फिल्मां जिड़ियां उन्ना तो बाद अपन ना आज काम कर रहे हैं कितनी वधिया गल है. जिवें लग रहा है कि शायद देख दे कि जे मतलब बंदे ने मैनिफेस्ट किया होया कुछ ना कुछ उदन चीज है. नाले दूसरी चीज आ सर दी एक जेड़ी आदत वधिया लगी मैनू कि जदों भी उन्ना दा ਸਾਡੇ ਨਾਲ ਸੀਨ ਹੁੰਦਾ ਸਾਰਿਆਂ ਨਾਲ, ਸੋ ਹੀ ਯੂਸ ਟੂ ਕਾਲ ਐਵਰੀਬਡੀ, ਸਾਰਿਆਂ ਦੇ ਡਾਇਲੋਗਸ ਰਿਹਰਸ ਕਰਵਾ ਕੇ ਐਂਡ ਦੈਨ ਵੀ ਗੋ ਯੂਸ ਟੂ ਗੋ ਔਨ ਸੈਟ. ਅਤੇ ਮਤਲਬ ਕੰਫਰਟੇਬਲ ਕਰ ਲੈਂਦੇ ਸੀ ਪਹਿਲਾਂ ਸਾਨੂੰ ਸਾਰਿਆਂ ਨੂੰ. ਐਂਡ ਗੁਰੂ ਭਾਅ ਜੀ ਜਿਹੜੇ ਟਾਈਮ ਪੀਰੀਅਡ ਤੁਸੀਂ ਐਕਟਰ ਬਣੇ ਹੋ ਨਾ, ਤੁਹਾਡੇ ਸਿੰਗਿੰਗ ਕਰੀਅਰ ਤੋਂ ਬਾਅਦ ਜਿਹੜੇ ਲੋਕ ਬਾਅਦ 'ਚ ਸਿੰਗਰ ਬਣੇ ਨੇ ਉਹ ਲੋਕ ਤੁਹਾਡੇ ਤੋਂ ਪਹਿਲਾਂ ਐਕਟਰ ਬਣ ਚੁੱਕੇ ਨੇ. ਮਤਲਬ ਹਾਂ ਹੈ ਨਾ. ਹਾਂ ਤੁਸੀਂ ਇਹ ਚੀਜ਼ ਤੁਹਾਨੂੰ ਲੱਗਦਾ ਕਿ ਇਹ ਚੀਜ਼ ਮੈਂ ਲੇਟ ਕੀਤੀ ਹੈ ਜਾਂ ਮੈਂ ਬਹੁਤ ਸਹੀ ਹਾਂ ਕਿਉਂਕਿ ਮੇਰੇ ਦਿਲ 'ਚ ਉਹ ਦੌੜ ਨਹੀਂ ਸੀਗੀ, ਉਹ ਰੇਸ ਨਹੀਂ ਸੀਗੀ? ਨਹੀਂ ਮੈਂ ਨਾ ਪਹਿਲਾਂ ਕਦੇ ਬਣਨਾ ਹੀ ਨਹੀਂ ਸੀ ਐਕਟਰ ਯਾਰ. ਮਤਲਬ ਮੈਨੂੰ ਹੁੰਦਾ ਸੀ ਯਾਰ ਮੈਂ ਸਿੰਗਿੰਗ ਕਰਨੀ ਆ, ਔਰ ਸਹੀ ਆ ਜਾਂ ਗਲਤ ਹੈ ਮੈਨੂੰ ਅੱਜ ਵੀ ਨਹੀਂ ਪਤਾ, ਇਹ ਤਾਂ ਰੱਬ ਨੂੰ ਪਤਾ. ਜੇ ਮੈਨੂੰ ਸਹੀ ਗਲਤ ਦਾ ਪਤਾ ਹੋਵੇ ਤਾਂ ਫਿਰ ਮੈਂ ਤਾਂ ਹਮੇਸ਼ਾ ਸਹੀ ਸਹੀ ਚੀਜ਼ਾਂ ਹੀ ਕਰਾਂ ਨਾ. ਉਹ ਮੈਨੂੰ ਨਹੀਂ ਪਤਾ ਵੀ ਮੈਂ ਕੀ ਕਰ ਰਿਹਾ ਵਾਂ, ਬਟ ਮੈਂ ਜੋ ਮੈਨੂੰ ਅੰਦਰੋਂ ਮਨ ਕਰਦਾ ਮੈਂ ਉਹ ਕਰ ਲੈਂਦਾ ਵਾਂ. ਅੱਜ ਤੱਕ ਤਾਂ ਸਹੀ ਹੋਇਆ ਵਾ, ਅੱਗੇ ਵੀ ਰੱਬ ਦੇ ਹੱਥ, ਅੱਗੇ ਉੱਥੋਂ ਤੱਕ ਵੀ ਰੱਬ ਹੀ ਲੈ ਕੇ, ਅੱਗੇ ਵੀ ਬਾਬੇ ਨੇ ਲੈ ਕੇ ਆਉਣਾ. ਬਟ ਮੈਨੂੰ ਲੱਗਦਾ ਮੈਨੂੰ ਨੌਲੇਜ ਨਹੀਂ ਸੀ ਪਹਿਲਾਂ ਕਾਫੀ ਸਾਰੀ ਚੀਜ਼ਾਂ ਦੀ. ਮੈਂ ਲਾਈਫ 'ਚ ਸਟੇਬਲ ਨਹੀਂ ਸੀ ਵੈਨ ਇਟ ਕਮਸ ਟੂ, ਮੈਂ ਥੋੜ੍ਹਾ ਲਾਪਰਵਾਹ ਬੇਪਰਵਾਹ. ਮੈਂ ਮੌਕੇ ਲਾਈਕ ਕਿਤੇ ਵੀ ਰਹਿ ਲਓ ਕੁਛ ਵੀ ਕਰ ਲਓ, ਕੋਈ ਟੈਨਸ਼ਨ ਦੀ ਗੱਲ ਨਹੀਂ ਹੈ ਮਤਲਬ. ਬਟ ਫਿਰ ਮੈਨੂੰ ਜਦੋਂ ਤੁਸੀਂ ਇੱਕ ਤਰੀਕੇ ਨਾਲ ਕੰਮ ਕਰ ਰਹੇ ਹੋ, ਬਹੁਤ ਸਾਰੀਆਂ ਫੈਮਿਲੀਜ਼ ਤੁਹਾਡੇ ਨਾਲ ਜੁੜ ਜਾਂਦੀਆਂ ਨੇ, ਫਿਰ ਉਹ ਫੈਮਿਲੀਜ਼ ਦੇ ਡਿਪੈਂਡ ਔਨ ਯੂ. ਐਂਡ ਜਦੋਂ ਤੁਸੀਂ ਉਹਦੇ ਵਿੱਚ ਕੁਛ ਐਕਸਪੈਰੀਮੈਂਟ ਕਰੋਗੇ, ਜਦੋਂ ਤੁਸੀਂ ਖੁਦ ਸਟੇਬਲ ਨਹੀਂ ਹੋ ਹੈ ਨਾ, ਵੈਨ ਯੂ ਆਰ ਵੈਨ ਜਦੋਂ ਰੱਬ ਨੇ ਤੁਹਾਨੂੰ ਕਿਸੇ ਕਾਬਲ ਬਣਾਇਆ ਕਿ ਤੁਸੀਂ ਇੰਨੀਆਂ ਚੀਜ਼ਾਂ ਇੰਨੇ ਜਣਿਆਂ ਨੂੰ ਪ੍ਰੋਵਾਈਡ ਕਰਨਾ ਵਾ, ਫਿਰ ਤੁਹਾਨੂੰ ਪਹਿਲਾਂ ਸਟੇਬਲ ਹੋਣਾ ਪਿਆ. ਆਈ ਥਿੰਕ ਮੈਂ ਉਹ ਸਟੇਬਿਲਿਟੀ ਲੱਭ ਰਿਹਾ ਸੀ ਜਦੋਂ ਉਹ ਮੈਨੂੰ ਮਿਲ ਗਈ. ਫਿਰ ਫਿਲਮਾਂ ਮੈਂ ਬਹੁਤ ਜ਼ਿਆਦਾ ਵੇਖੀਆਂ ਨੇ ਲਾਈਫ 'ਚ, ਮੈਂ ਬਹੁਤ ਜ਼ਿਆਦਾ ਕਰੈਕਟਰ ਜੀ ਹੋਏ ਨੇ. ਮੈਨੂੰ ਲੱਗਦਾ ਐਕਟਰਸ ਤਾਂ ਮੇਰੇ ਸਾਹਮਣੇ ਜਿਹਨੂੰ ਮਰਜ਼ੀ ਬਾਲ ਦਿਉ, ਮੇਰੇ ਤੋਂ ਵੱਧ ਨਹੀਂ ਫਿਲਮ ਵੇਖੀ ਹੋਈ ਕਿਸੇ ਨੇ. ਹਾਂ ਮਤਲਬ ਮੈਂ ਦਾਅਵੇ ਨਾਲ ਕਹਿ ਸਕਦਾ ਜਿਹੜਾ ਮਰਜ਼ੀ ਬਾਲ ਦਿਉ. ਅਤੇ ਬਟ ਮੈਨੂੰ ਸੀ ਕਿ ਯਾਰ ਮੈਂ ਜੇ ਕੁਛ ਕਰਾਂ ਤਾਂ ਮੈਂ ਜਿਨ੍ਹਾਂ ਨੂੰ ਦੇਖ ਰਿਹਾ ਨਾ ਉਹਨਾਂ ਨੂੰ ਪ੍ਰਾਊਡ ਫੀਲ ਕਰਾਵਾਂ ਯਾਰ. ਮੈਂ ਰੋਬਰਟ ਨੀਰੋ ਸਾਹਿਬ ਨੂੰ ਤਾਂ ਪ੍ਰਾਊਡ ਫੀਲ ਕਰਾਵਾਂ, ਮੈਂ ਹਾਂਸ ਜ਼ਿਮਰ ਸਾਹਿਬ ਜਿਹਨਾਂ ਦਾ ਮਿਊਜ਼ਿਕ ਸੁਣ ਸੁਣ ਕੇ ਮੈਂ ਇੰਨਾ ਸਾਲ 10-12 ਸਾਲ ਤੋਂ ਸੁਣ ਰਿਹਾ, ਉਹਨਾਂ ਨੂੰ ਪ੍ਰਾਊਡ ਫੀਲ ਕਰਾਵਾਂ. ਭਾਵੇਂ ਮੈਨੂੰ ਨਹੀਂ ਵੀ ਜਾਣਦੇ, ਨਾ ਮੇਰੇ ਮਨ 'ਚ ਆ ਮੈਂ ਉਹਨਾਂ ਨੂੰ ਪ੍ਰਾਊਡ. ਜਿੱਦਾਂ ਹੁੰਦਾ ਨਹੀਂ ਆਪਾਂ ਹੁਣ ਆਪਣੇ ਰੱਬ ਵਾਸਤੇ ਆਪਣੇ ਮੋਮ ਡੈਡ ਨੂੰ ਪ੍ਰਾਊਡ ਫੀਲ ਕਰਾਉਣ ਵਾਲੀ ਗੱਲ ਹੁੰਦੀ, ਉਹ ਵਾਲੀ ਗੱਲ ਆ. ਅਤੇ ਮੈਨੂੰ ਲੱਗਦਾ ਰਾਈਟ ਟਾਈਮ ਆ. ਮੈਨੂੰ ਲੱਗਦਾ ਜਿੱਦਣ ਜੋ ਕਰੋ, ਜੇ ਤੁਸੀਂ ਦਿਲੋਂ ਕਰ ਰਹੇ ਹੋ ਉੱਦਣ ਹੀ ਉਹ ਰਾਈਟ ਟਾਈਮ ਆ. This is the right time. But ਜਿਹੜੀ latest ਚੀਜ਼ ਲਾਈਫ 'ਚ ਚੱਲ ਰਹੀ ਹੈ ਬਹੁਤ ਯੂਨੀਕ ਐਂਡ ਬਹੁਤ ਅਲੱਗ ਐਂਡ ਬਹੁਤ ਪਸੰਦ ਕਰ ਰਹੇ ਨੇ, ਸ਼ਹਿਨਾਜ਼ ਗਿੱਲ. ਸ਼ਹਿਨਾਜ਼ ਨਾਲ ਤੁਹਾਡਾ ਬੌਂਡ, ਉਹ ਐਕਚੁਅਲ 'ਚ ਮੈਨੂੰ ਲੱਗਦਾ ਕਿ ਨਾ ਜਿੱਦਾਂ ਦੀ ਵਾਈਬ ਇਨਸਾਨ ਚਾਹੁੰਦਾ ਹੈ ਕਿ ਹਾਂ ਦੋ ਲੋਕ ਇੱਦਾਂ ਦੇ ਹੋਣ, ਤਾਂ ਉਹ ਕਿਤੇ ਨਾ ਕਿਤੇ ਉਹਨੂੰ ਪਸੰਦ ਆਉਂਦਾ ਲੋਕਾਂ ਨੂੰ. ਸ਼ਹਿਨਾਜ਼ ਗਿੱਲ ਨਾਲ ਯੂ ਨੋ ਬੌਂਡ ਕੁਛ ਮੈਂ ਜ਼ਰੂਰ ਚਾਹੂੰਗਾ ਕਿ ਗੁਰੂ ਭਾਅ ਜੀ ਆਪਣਾ ਸ਼ੇਅਰ ਕਰੋ ਕਿ ਉਹ ਐਕਚੁਅਲ 'ਚ ਕਿੱਦਾਂ ਦੇ ਇਨਸਾਨ ਤੁਹਾਨੂੰ ਲੱਗੇ. ਕੋਈ ਵੀ ਜਿਹਦੇ ਨਾਲ ਤੁਸੀਂ ਜਦੋਂ ਮਿਲਦੇ ਹੋ ਨਾ ਲਾਈਫ 'ਚ, ਲੋਕ ਸਾਰੇ ਬਹੁਤ ਵਧੀਆ ਹੁੰਦੇ ਆ. ਇਟਸ ਜਸਟ ਜਿਹਨੂੰ ਤੁਸੀਂ ਜ਼ਿਆਦਾ ਟਾਈਮ ਦੇ ਰਹੇ ਹੋ ਉਹ ਤੁਹਾਡੇ ਕਰੀਬ ਆਉਂਦਾ, ਜਿਹਦੇ ਨਾਲ ਤੁਸੀਂ ਜ਼ਿਆਦਾ ਗੱਲ ਕਰਦੇ ਹੋ ਉਹ ਤੁਹਾਡੇ ਕਰੀਬ ਆਉਂਦਾ. ਐਂਡ ਲਾਈਫ ਬਹੁਤ ਬਿਊਟੀਫੁਲ ਹੈ, ਜਰਨੀ ਬਹੁਤ ਪਿਆਰੀ ਹੈ, ਜੋ 'ਚ ਅੱਛੇ ਲੋਕ ਹੋਰ ਜੁੜ ਸਕਣ ਅਤੇ ਵਾਈ ਨੋਟ. ਅਤੇ ਸ਼ਹਿਨਾਜ਼ ਨਾਲ ਮੇਰਾ ਬੌਂਡ ਯਾਰ ਬਹੁਤ, ਪਤਾ ਕਿੱਦਾਂ ਦਾ ਬੌਂਡ ਹੈ ਐਗਜੈਕਟਲੀ, ਸਕੂਲ 10ਵੀਂ 'ਚ ਬੱਚੇ ਨਹੀਂ ਪੜ੍ਹਨੇ ਹੁੰਦੇ 8ਵੀਂ 10ਵੀਂ 'ਚ ਹੈ ਨਾ, ਉਦੋਂ ਤੁਸੀਂ ਕੁਛ ਵੀ ਕਹਿ ਦਿਓ ਅਤੇ 2 ਮਿੰਟ 'ਚ ਗੁੱਸਾ ਕਰਨਾ. ਓਕੇ. ਅਤੇ ਭਾਵੇਂ ਉਹ ਕੁਛ ਵੀ ਕਹਿ ਦੇ ਮੈਨੂੰ ਤਾਂ, ਮੈਂ ਕਹਿਣਾ ਚੱਲ ਕੋਈ ਨਹੀਂ ਜਾ ਫਿਰ. ਮਤਲਬ ਕੋਈ ਹੈਗਾ ਹੀ ਨਹੀਂ, ਮਤਲਬ ਕੋਈ ਉਹ ਨਹੀਂ ਹੈਗਾ, ਕੋਈ ਜ਼ਿੰਮੇਦਾਰੀ ਨਹੀਂ ਹੈ ਕੋਈ. ਉਹ ਇੱਦਾਂ ਦਾ ਫਰੈਂਡਸ਼ਿਪ ਵਾਲਾ ਬੌਂਡ ਆ ਜਿਹਦੇ 'ਚ ਭਾਵੇਂ ਮੈਨੂੰ ਔਨਲਾਈਨ ਕੁਛ ਵੀ, ਇੱਕ ਦਿਨ ਮੈਂ ਉਹਦਾ ਜਨਮ ਦਿਨ ਬਣਾ ਦਿੱਤਾ ਸੀ ਔਨਲਾਈਨ ਇੱਦਾਂ ਹੀ ਬੈਠੇ ਬੈਠੇ ਨੇ. ਅਤੇ ਉਹ ਵਾਲੀ ਚੀਜ਼ ਆ, ਜਿੱਦਾਂ 8ਵੀਂ 9ਵੀਂ 10ਵੀਂ ਦਾ ਨਹੀਂ ਹੁੰਦਾ ਵੀ ਯਾਰ ਤੁਸੀਂ ਸਕੂਲ ਜਾ ਰਹੇ ਹੋ, ਤੁਹਾਡੀ ਲੜਾਈਆਂ ਵੀ ਚੱਲ ਰਹੀਆਂ ਨੇ, ਫਿਰ ਤੁਹਾਨੂੰ ਹੋਰ ਕੋਈ ਪਸੰਦ ਵੀ ਆ, ਬਟ ਫਿਰ ਤੁਸੀਂ ਆ ਕੇ ਦੱਸ ਦਿਓ ਇੱਕ ਦੂਜੇ ਨੂੰ ਯਾਰ ਆਹ ਹੋ ਰਿਹਾ ਉਹ ਹੋ ਰਿਹਾ ਵਾ. ਸੋ ਉਹ ਵਾਲਾ ਬੌਂਡ ਆ, ਕਾਫੀ ਵਧੀਆ. ਗ੍ਰੇਟ. ਐਂਡ ਟਾਈਮ ਥੋੜ੍ਹਾ ਆ, ਲੰਬੀ ਕਨਵਰਸੇਸ਼ਨ ਮੈਂ ਕਰਨਾ ਚਾਹੁੰਦਾ ਹਾਂ ਬਟ ਉਨਾ ਟਾਈਮ ਨਹੀਂ ਹੈ. ਬਟ ਮੈਨੂੰ ਇਹ ਫਿਲਮ ਦੀ, ਮੈਨੂੰ ਇਹ ਫਿਲਮ ਦੀ ਬਹੁਤ ਐਕਸਾਈਟਮੈਂਟ ਆ ਉਹਨਾਂ ਪਰਸਨਲ ਨੋਟ 'ਤੇ, ਬਿਕੋਜ਼ ਆਪ ਦੋਨੋਂ ਹੀ ਬਹੁਤ ਯੂ ਨੋ ਫੇਵਰੇਟ ਆਰਟਿਸਟ ਹੋ ਮੇਰੇ,
एंड रहोगे भी। मैं ज़रूर चाहूँगा एक बार यू नो क्लोजिंग आपकी फिल्म से कुछ यू नो आप स्पेशल मैसेज देना चाहें अपनी फिल्म का। आई थिंक हमारा स्पेशल मैसेज ये है पंजाबी जी कहाँ कच कहाँ जितने मुझे लगा पाजी आप हिंदी बोल रहे हैं आप बोल रहे हैं मतलब मैंने लगता है यार असीदा बहुत दिलों काम कीता बहुत कैंट काम कीता बहुत बढ़िया फिल्म बनाई है एक सोशल मैसेज भी है फिल्म च लव स्टोरी भी है लाइट जी स्टोरी एंड बहुत रियलिस्टिक आ मतलब बिच वो नहीं है कि बंदे उड़न डे आ तो उ मुक्का वे आ बंदे नहीं उदा तो कुछ नहीं है इस फिल्म के बारे में मैं कहना चाहूँगी कि हमने बहुत हार्ड वर्क किया है बहुत ईमानदारी से काम किया है एंड वो आपको स्क्रीन पे दिखाई देगा और आपको मज़े तो बहुत आएंगे तो ये फिल्म 16 फरवरी को ज़रूर देखना। थैंक यू सो मच जी बहुत बढ़िया लगा तुम्हें गल करके आई होप कि हम जल्दी हूँ मिलते हैं। थैंक यू सत श्रीकाल।